वेल दोस्तों जबो धरती ਦਾ ਤਾਪਮਾਨ ਡ੍ਰੋਪ ਹੋਣ ਲੱਗਿਆ ਤਾਂ ਅਫਰੀਕਾ ਦੇ ਗਰਮ ਤੇ ਹਿਊਮਿਡਿਟੀ ਨਾਲ ਭਰੇ ਹੋਏ ਜੰਗਲ ਸੁੱਕਣ ਲੱਗੇ। ਵੱਡੇ ਵੱਡੇ ਦਰਖਤਾਂ ਦੀ ਜਗ੍ਹਾ ਉੱਥੇ ਕਾਫੂ ਸੁਗ ਗਿਆ। ਕਾਫੂ ਸੁਗਣ ਦੇ ਨਾਲ ਸਮਝ ਲਓ ਉਹਨਾਂ ਦਾ ਪਲੇਗ੍ਰਾਉਂਡ ਹੀ ਖਤਮ ਹੋ ਗਿਆ। ਔਰ ਉਹਨਾਂ ਨੂੰ ਦੋ ਪੈਰਾਂ 'ਤੇ ਚੱਲਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਦੇਖਣਾ ਪੈਂਦਾ ਸੀ ਕਿ ਤੋ ਹਮਲਾ ਨਾ ਹੋ ਜਾਏ। ਤਾਂ ਇਸ ਤੋਂ ਬਾਅਦ ਤੁਸੀਂ ਸਮਝ ਲਓ ਜਿਹੜੀ ਇਨਸਾਨੀ ਪ੍ਰਜਾਤੀ ਜਿਹਾਂ ਕਹ ਲੋ ਹੋਮੋਲੇਟ ਜਿਹੜੀ ਹੋਮੋਲੇਟ ਉਹ ਬਾਕੀ ਜੀਵਾਂ ਤੋਂ ਅਲੱਗ ਹੋ ਗਏ ਜਿਨ੍ਹਾਂ ਦੇ ਵਿੱਚੋਂ ਅੱਗੇ ਚੱਲ ਕੇ ਹੋਮੋ ਸੇਪੀਅਨ ਜਾਨੀ ਕਿ ਆਪਾਂ ਲੱਗ ਹੋਏ ਆ ਜਿਹੜੀ ਹੋਮੋ ਲੇਟ ਟ੍ਰਾਈਬਸ ਸੀ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੇ ਉੱਪਰ ਕੇ ਸਾਹਮਣੇ ਆਏ ਸੀਗੇ ਸੈਲੈਂਥੋਪਸ ਠੀਕ ਹੈ ਪਰ ਉਹ ਸਾਰੇ ਜਦੋਂ ਇੱਕ ਥਾਂ ਇਕੱਠੇ ਰਹਿੰਦੇ ਸੀ ਪਰ ਅਜਿਹਾ ਕਦੋਂ ਤੱਕ ਚੱਲਦਾ ਕਰ ਆਪਣੇ ਸਰਵਾਈਵ ਲਈ ਇਹ ਸਾਰੀਆਂ ਪ੍ਰਜਾਤੀਆਂ ਧਰਤੀ ਦੇ ਉੱਤੇ ਅਲੱਗ ਅਲੱਗ ਜਗ੍ਹਾ ਦੇ ਉੱਤੇ ਫੈਲ ਗਈਆਂ ਇਹ ਸਭ ਕੁਝ ਹੋ ਰਿਹਾ ਸੀ ਅੱਜ ਤੋਂ 7 ਮਿਲੀਅਨ ਸਾਲ ਪਹਿਲਾਂ ਉਹ ਬਾਜ਼ ਜਿਹੜੇ ਪ੍ਰੀਸਟੋਰਿਕ ਮੈਨ ਸੀਏ ਇਹਨਾਂ ਦਾ ਇਹ ਮਤਲਬ ਇੰਨੇ ਜਿਆਦਾ ਸਮਝਦਾਰ ਨਹੀਂ ਸੀਗੇ ਪਰ ਇਹਨਾਂ ਦਾ ਸਿਰ ਵੱਡਾ ਹੋਣ ਦੀ ਵਜ੍ਹਾ ਨਾਲ ਦਿਮਾਗ ਇੰਨਾ ਕ ਤਾਂ ਕੰਮ ਕਰਦਾ ਸੀਗਾ ਜਦੋਂ ਸੱਤ ਮਹਾਦੀਪ ਨਹੀਂ ਸੀ ਉਦੋਂ ਪੰਜ ਹੀ ਸੀਗੇ ਤਾਂ ਇਹ ਦੂਜੇ ਜਾਨਵਰਾਂ ਤੇ ਹਮਲਾ ਕਰਕੇ ਆਪਣਾ ਖਾਣਾ ਜਟਾਉਣਾ ਕਿਵੇਂ ਨਾ ਕਿਵੇਂ ਕਰਕੇ ਆਪਣੀ ਰੀਪ੍ਰੋਡਕਸ਼ਨ ਨੂੰ ਵਧਾਉਣਾ ਵੀ ਉਦੋਂ ਜਦੋਂ ਆਈਸ ਜਾਈ ਇੰਨੀ ਜਿਆਦਾ ਠੰਡ ਵੱਧ ਗਈ ਇੰਨੀ ਜਿਆਦਾ ਠੰਡ ਵੱਧ ਗਈ ਕਿ ਜਿਹੜੇ ਬਹੁਤ ਵੱਡੇ ਵੱਡੇ ਖਤਰਨਾਕ ਜਾਨਵਰ ਵੀ ਉਦੋਂ ਆਪਣੇ ਆਪ ਨੂੰ ਬਚਾ ਨਹੀਂ ਸਕੇ ਪਰ ਇਨਸਾਨ ਉਦੋਂ बच ਗਿਆ ਉਦੋਂ ਬਚ ਗਿਆ ਔਰ ਉਦੋਂ ਤੱਕ ਬਚਿਆ ਰਿਹਾ ਜਦੋਂ ਤੱਕ ਦੁਬਾਰਾ ਮੌਸਮ ਬਿਲਕੁਲ ਨੋਰਮਲ ਨਹੀਂ ਹੋਇਆ ਔਰ ਜਦੋਂ ਨੂੰ ਦੁਬਾਰਾ ਮੌਸਮ ਜਿਹੜਾ ਨੋਰਮਲ ਹੋਇਆ ਉਦੋਂ ਇਨਸਾਨ ਆਪਣੇ ਜੀਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਸਿੱਖ ਚੁੱਕਿਆ ਸੀ ਐਨੀਆਂ ਚੀਜ਼ਾਂ ਸਿੱਖ ਚੁੱਕਿਆ ਸੀ ਜਿਸ ਨੇ ਅੱਜ ਇਨਸਾਨ ਨੂੰ ਪੂਰੀ ਦੁਨੀਆ ਦੇ ਉੱਤੇ ਟੌਪ ਤੇ ਬਿਠਾ ਦਿੱਤਾ ਠੀਕ ਹੈ ਜੀ ਆਪਾਂ ਅੱਗੇ ਮਿਲਦੇ ਹਾਂ ਨੈਕ ਸਟੋਰੀ ਦੇ ਨਾਲ ਦੇਖਦੇ ਰਹੋ ਪੰਜਾਬੀ ਸਟੇਟਸ ਗੁਰੂ Facebook ਪੇਜ ਹੈਗਾ ਜੀ ਆਪਣਾ ਪ੍ਰੋਜੈਕਟ ਵਿਜ਼ਡਮ